ਇੱਕ ਗੱਲ ਹੋਰ ਸੁਣੋ, ਧਿਆਨ ਨਾਲ ਸੁਣੋ ਬਾਈ, 2 ਸਾਲ ਕਿਸੇ ਨੇ ਕੁਛ ਨਹੀਂ ਬੋਲਿਆ। ਜਦੋਂ ਗਾਣਾ ਆਉਣਾ ਸੀ ਸਿੱਧੂ ਮੂਸੇਵਾਲੇ ਦੇ ਗਾਣੇ ਤੇ ਤਵਾ ਲਾਉਣੇ, ਆਪਾਂ ਫਿਰ ਗਾਣਾ ਚੱਲੂ ਆਪਣਾ, ਫਿਰ ਚਲਾ ਲਿਆ ਜਿੰਨਾ ਕੁ ਮੇਰਾ ਚੱਲਣਾ ਸੀ ਮੇਰਾ ਚੱਲ ਪਿਆ, ਜਿੰਨਾ ਕੁ ਤੁਹਾਡੇ ਚੱਲਣੇ ਸੀ ਤੁਹਾਡੇ ਚੱਲ ਪਏ। ਹਰ ਈਰਖਾ ਕਾਹਦੀ ਆ, ਧੱਕਾ ਚੱਲਿਆ ਧੱਕਾ। ਮੈਂ ਇੱਕ ਗੱਲ ਕਹਿਣ ਲੱਗਿਆ, ਅੱਜ ਆਹ ਸਾਰੀ ਗੱਲ ਜਿੰਨੇ ਵੀ ਆਹ ਜੋ ਵੀ ਗੱਲ ਅੱਜ ਕਹਿਣ ਲੱਗਿਆ ਨਾ, ਮੇਰੇ ਸਾਰਿਆਂ ਨੂੰ ਭੇਜ ਦਿਓ, ਤੇ ਮੇਰਾ ਆਖਰੀ ਜਵਾਬ ਆ ਸਾਰਿਆਂ ਲਈ ਇਹ, ਅੱਜ ਤੋਂ ਬਾਅਦ ਕਦੇ ਵੀ ਮੈਂ ਕਿਸੇ ਬਾਰੇ ਬੋਲੂੰਗਾ ਨੀ ਬਾਈ, ਕਿਉਂਕਿ ਇੰਨਾ ਟਾਈਮ ਕਿਸੇ ਕੋਲ ਨੀ ਵੀ ਸਾਰਾ ਹਰੇਕ ਦਾ ਲੰਡੀ ਗੁੱਚੀ ਦਾ ਜਵਾਬ ਦੇ ਜੀ। ਅਖੀਰੀ ਗੱਲ ਕਹਿਣ ਲੱਗਿਆ, ਮੇਰੇ ਕਿਸੇ ਤੋਂ ਨਫ਼ਰਤ ਨੀ ਮੇਰੇ ਬੰਨੀ, ਸਾਰੇ ਪਿਆਰ ਕਰੋ ਮੇਰੇ, ਜਮ ਜਮ ਤਰੱਕੀਆਂ ਕਰੋ, ਪਰ ਪੰਗੇ ਨਾ ਲਓ, ਬਸ ਆਪਣਾ ਕਰੋ ਤੇ ਮੈਂ ਆਪਦਾ ਕਰੀ ਜਾਂਦਾ ਬਾਈ। ਤੁਸੀਂ ਇੱਕ ਗੱਲ ਦੇਖੋ, ਹਾਲੀਵੁੱਡ ਵਾਲੇ ਆਪਾਂ ਨੂੰ ਸਪੋਰਟ ਕਰਦੇ ਤੇ ਸਾਰੇ ਆਪਦੇ ਬੰਦੇ ਸਾਡੀਆਂ ਲੱਤਾਂ ਖਿੱਚੀ ਜਾਂਦੇ ਆ। ਕੱਲ ਕਿਸੇ ਨੇ ਮੇਰਾ ਲਾਈਵ ਦੇਖਿਆ ਹੋਵੇ, ਰਣਵੀਰ ਸਿੰਘ ਭਰਾ ਆਪਣਾ ਮੈਸੇਜ ਕਰ ਰਿਹਾ ਵੀ ਬਾਈ ਬਹੁਤ ਘੈਂਟ ਹੈ, ਤੇ ਸਾਡੇ ਬੰਦੇ ਸਾਰੇ ਇਹ ਜੀ ਐਂ ਕਰਦਾ ਥਾਪੀ ਮਾਰਦਾ, ਵੀ ਥੱਪੜ ਤਾਂ ਨੀ ਮਾਰਿਆ ਸਾਡੇ, ਉਹ ਥਾਪੀ ਹੋਈ ਮਾਰੀ ਆ। ਸਾਰੀ ਈਰਖਾ ਕਾਹਦੀ ਹੈ, ਤੁਸੀਂ ਤੁਹਾਨੂੰ ਜਦੋਂ ਪਰਮਾਤਮਾ ਨੇ ਰੋਟੀ ਦਿੱਤੀ ਤੁਸੀਂ ਵਧੀਆ ਪੈਸੇ ਕਮਾਏ ਆ, ਹੁਣ ਜੇ ਅਸੀਂ ਕਮਾਉਂਦੇ ਸਾਡੇ ਤੋਂ ਕਦੋਂ ਮੱਚਦੇ ਹੋ। ਅੱਜ ਦੀ ਮੈਨੂੰ ਬੜੇ ਬੰਦੇ ਨੇ ਕਿਹਾ ਬਾਈ ਤੂੰ ਬੋਲਦਾ ਨੀ, ਬਾਈ ਅਖੀਰੀ ਗੱਲ ਕਰਨ ਲੱਗਿਆ, ਅੱਜ ਸੁਣ ਲਓ, ਸਾਰਿਆਂ ਨੂੰ ਕਹਿਣਾ ਮੇਰੇ ਕਿਸੇ ਨਾਲ ਨਫ਼ਰਤ ਨੀ, ਕਿਸੇ ਨੂੰ ਕੋਈ ਰਿਪਲਾਈ ਨੀ ਅੱਜ ਤੋਂ ਬਾਅਦ, ਆਹ ਲਾਸਟ ਗੱਲ ਹੈ ਸੁਣਾਉਣ ਲੱਗਿਆ। ਆਹ 2 ਕੁ ਦਿਨ ਪਹਿਲਾਂ ਦੀ, ਆਹ 2 ਕੁ ਮਹੀਨੇ ਪਹਿਲਾਂ ਦੀ ਸਿਚੁਏਸ਼ਨ ਆ ਸੁਣਾਉਣ ਲੱਗਿਆ। ਦੋ ਵਕਤਾਂ ਦੀ ਰੋਟੀ ਦਾਤਾ ਦਿੱਤੀ ਵਧੀਆ, ਪਤਾ ਨੀ ਕਿਉਂ ਮੇਰੇ ਸਾਲੇ ਵਾਦ ਪੈਂਦੇ ਨੇ, ਉਹ ਜਦੋਂ ਕੋਈ ਆਪਣਾ ਨੀ ਗੀਤ ਚੱਲਦਾ ਉਹ ਫਿਰ ਜੀਤੇ ਆਪਦੇ ਦਾ ਵਿੱਚ ਨਾਮ ਲੈਂਦੇ ਨੇ। ਵੇਲਾ ਨੀ ਜਵਾਬ ਦੇ ਮੈਂ ਹਰ ਗੱਲ ਦਾ, ਵੇਲਾ ਨੀ ਜਵਾਬ ਦੇ ਮੈਂ ਹਰ ਗੱਲ ਦਾ, ਮਿੰਟ ਦਾ ਨੀ ਟਾਈਮ ਗੱਲ ਸੱਚ ਕਹਿੰਦਾ ਆ, ਫਿਰੀ ਵਿੱਚ ਭਰਦੇ ਹੋ ਫੇਮਸ ਵਾਲੇ ਹੋ, ਜੱਟ ਬੇਇੱਜ਼ਤੀ ਕਰਨ ਦੇ ਵੀ ਪੈਸੇ ਲੈਂਦਾ। ਹੁਣ ਮੈਨੂੰ ਪੁੱਤਰ ਭਲਾਈ ਮਿਲਨੇ ਹੋਏ, ਜੱਟ ਬੇਇੱਜ਼ਤੀ ਕਰਨ ਦੇ ਵੀ ਪੈਸੇ ਲੈ, ਸਾਡੇ ਖਿਲਾਫ਼ ਸਾਜ਼ਿਸ਼ਾਂ ਕਰਨ ਨੂੰ ਇਕੱਠੇ ਹੋਏ ਫਿਰਦੇ, ਸਾਨੂੰ ਕੀ ਪਰਵਾਹ, ਸਾਡਾ ਰੱਬ ਹੈਗਾ, ਰੱਬ ਨਾਲ ਉਸੇ ਹੋਰ ਜਿਹੜਾ ਮਰਜ਼ੀ ਆ ਜਾਓ। ਮੈਂ ਸੁਣਿਆ ਵਿਆਹ ਦੇ ਉੱਤੇ ਇਕੱਠੇ ਹੋਏ ਸੀ, ਉਹ ਵੇਟਰਾਂ ਨੇ ਰਲ ਕੇ ਸਲਾਹ ਕੀਤੀ ਆ, ਕਹਿੰਦੇ ਵਾਰੀ ਵਾਰੀ ਸਿੱਧੂ ਨੂੰ ਮੈਂ ਬੋਲਣਾ ਹੋਏ, ਉਹ ਹਿੱਟ ਜੀ ਵੀ ਉਹਨੇ ਲਾ ਪਾ ਕੀਤੀ ਆ, ਮਿਹਨਤਾਂ ਦਾ ਖੜਾ ਕੀਤਾ ਮਹਿਲ ਬੱਲਿਆ, ਮਿਹਨਤਾਂ ਦਾ ਖੜਾ ਕੀਤਾ ਮਹਿਲ ਬੱਲਿਆ, ਆ ਹਵਾ ਦੇ ਆ ਬੁੱਲਿਆ ਤੋਂ ਕਿੱਥੇ ਢਹਿੰਦਾ ਆ, ਹੁਣ ਮੈਨੂੰ ਪੁੱਤਰ ਭਲਾਈ ਮਿਲਨੇ ਹੋਏ, ਜੱਟ ਬੇਇੱਜ਼ਤੀ ਕਰਨ ਦੇ ਵੀ ਪੈਸੇ, ਹੁਣ ਮੈਨੂੰ ਪੁੱਤਰ ਭਲਾਈ ਮਿਲਨੇ ਹੋਏ, ਜੱਟ ਬੇਇੱਜ਼ਤੀ ਕਰਨ ਦੇ ਵੀ। ਆਨਲਾਈਨ ਬੋਲਦੇ ਨੇ ਕਿਸੇ ਦਾ, ਬਾਈ ਇੱਕ ਗੱਲ ਤੁਹਾਨੂੰ ਦੱਸਾਂ, ਕਿਸੇ ਦਾ ਕਿਸੇ ਨਾਲ ਕੋਈ ਵੈਰ ਨਹੀਂ, ਸਾਰੇ ਸਾਰੇ ਆਨਲਾਈਨ ਗੇਮਾਂ ਖੇਡਣ ਨੂੰ ਫਿਰਦੇ ਆ, ਵੀ ਉਹਨੂੰ ਗੱਲ ਕੱਢਾਂ ਤਾਂ 100 ਫੋਲੋਅਰ ਤਾਂ ਆਉਣਗੇ ਹੀ, ਉਹਨੂੰ ਕੱਢਾਂ 1000 ਕੁ ਤਾਂ ਆਊਗਾ ਹੀ, ਆਨਲਾਈਨ ਤਾਂ ਹੀ ਬੋਲਣੋਂ ਹਟ ਗਏ ਬਾਈ। ਤੇ ਇਹ ਤੋਂ ਬਾਅਦ ਬੋਲਣਾ ਵੀ ਨਹੀਂ, ਅੱਜ ਲਾਸਟ ਗੱਲ ਸੀ ਆ, ਕਹਿੰਦਾ
ਉਹ ਆਨਲਾਈਨ ਥੋੜਾ ਜਿਹਾ ਸਿਆਣਾ ਹੋਇਆ ਹਾਂ, ਉਹ ਆਫਲਾਈਨ ਮਿਲੋ ਜਮਾ ਝੱਲਾ ਮਿਲੂਗਾ। ਕਹਿੰਦਾ ਚੇਲੇ ਅਸਤਾਰ ਤੁਸੀਂ ਇਕੱਠੇ ਹੋ ਜਾਓ ਸਾਰੇ, ਉਹ ਜੱਟ ਦੀ ਜਵਾਨ ਜਮਾ ਕੱਲਾ ਮਿਲੂ। ਕਹਿੰਦਾ ਮਿੱਠਿਆ ਗਰੁੱਪਾਂ ਵਿੱਚ ਭੇਟਾਂ ਹੁੰਦੀਆਂ, ਮਿੱਠਿਆ ਗਰੁੱਪਾਂ ਵਿੱਚ ਭੇਟਾਂ ਹੁੰਦੀਆਂ, ਸ਼ੇਰ ਨਹੀਂਓ ਅਣਖੀ ਦਾ ਕੱਲਾ ਰਹਿੰਦਾ ਆ। ਉਹ ਫਰੀ ਵਿੱਚ ਭਾ ਦਿਓ ਫੇਮਸ ਵਾਲੇ ਹੋਏ ਜੱਟ, ਬੇਇੱਜ਼ਤੀ ਕਰਨ ਦੇਵੀ ਸਾਲੇ ਐਡੇ ਐਡੇ ਗੁੰਦੇ ਆ, ਧੌਣ ਮਰੋੜ ਦਿਆਂਗੇ ਉਹਦੀ। ਉਹ ਢਾਈ ਢਾਈ ਫੁੱਟੇ ਸਾਲੇ ਘੈਂਟ ਬਣਦੇ ਆ, ਢਾਈ ਢਾਈ ਫੁੱਟੇ ਸਾਲੇ ਘੈਂਟ ਬਣਦੇ ਆ। ਕੰਮ ਜਿੰਨਾ ਦਾ ਆ ਬਸ ਛੋਣ ਤੱਕ ਹੋਏ, ਉਹ ਕਹਿੰਦੇ ਤੇਰੀ ਧੌਣੇ ਉੱਤੇ ਗੋਟਾ ਧਰਨਾ ਹੋਏ ਤੁਹਾਡਾ ਹੱਥ ਪਹੁੰਚ ਜਾਊ ਮੇਰੀ ਧੌਣ ਤੱਕ। ਜ਼ੋਰ ਦੇ ਹਿਸਾਬ ਨਾਲ ਗੱਲ ਕਰੀ ਦੀ, ਨਾ ਮਾੜੀ ਚੰਗੀ ਗੱਲ ਇੱਥੇ ਕੋਈ ਸਹਿੰਦਾ ਆ। ਉਹ ਫਰੀ ਵਿੱਚ ਭਾਲਦੇ ਉਹ ਫੇਮਸ ਵਾਲੇ ਹੋਏ ਜੱਟ, ਬੇਇੱਜ਼ਤੀ ਕਰਨ ਦੇ। ਅੱਜ ਕੱਲ੍ਹ ਮੈਨੂੰ ਬੜੇ ਕਹਿੰਦੇ ਬਾਈ ਮੈਂ ਤਾਂ ਸੁਧਰਿਆ ਚੰਗਾ, ਮੈਂ ਤਾਂ ਸੁਧਰ ਗਿਆ, ਤੇ ਮੈਂ ਸੁਧਰਿਆ ਹੀ ਰਹਿਣਾ ਚਾਹੁੰਦਾ ਬਾਈ, ਮੈਨੂੰ ਕੋਈ ਨਾ ਛੱਡੋ, ਮੈਂ ਆਪਦਾ ਕੰਮ ਕਰਦਾ ਤੇ ਮੈਂ ਆਪਦਾ ਕੰਮ ਹੀ ਕਰਿਆ ਤੇ ਆਪਣਾ ਕੰਮ ਹਿੱਟ ਵੀ ਆ, ਗਾਣੇ ਦੱਸਦੇ ਆ, ਫੇਰ ਪਿੱਛੇ ਕੰਮ ਨਾ ਕਰੋ। ਤੇ ਜਿਹੜੇ ਕਹਿੰਦੇ ਵੀ ਉਹ ਵਿਗੜ ਉਹ ਸੁਧਰ ਗਿਆ ਤੇ ਅਸੀਂ ਵਿਗੜ ਗਏ, ਉਹਨਾਂ ਨੂੰ ਇੱਕੋ ਹੀ ਗੱਲ ਕਹਿੰਦਾ, ਕਹਿੰਦਾ ਵਿਗੜਿਆ ਦਾ ਪੀਰ ਵੱਜੇ ਮੂਸੇ ਵਾਲਾ ਹੋਏ ਆ, ਕਹਿੰਦਾ ਵਿਗੜਿਆ ਦਾ ਪੀਰ ਮੂਸੇ ਵਾਲਾ ਵੱਜਦਾ, ਟੇਕ ਲੈ ਤੂੰ ਮੱਥਾ ਜੇ ਹਜੇ ਟੇਕ ਗਿਆ ਨੀ ਹੋਏ। ਸਾਰੇ ਕੁੜਤਾ ਪੰਜਾਬ ਚ ਦਿਖਾਉਂਦੇ ਫਿਰਦੇ, ਥੱਲੇ ਲਿਪੜਿਆ ਪਜਾਮਾ ਤੁਸੀਂ ਵੇਖ ਗਿਆ। ਕਿਹੜਾ ਸ਼ਹਿਰ ਫਿਰਦੇ ਹੋ ਸਾਫ ਕਰਦੇ, ਤੁਹਾਡਾ ਸੱਜਣਾ ਸ਼ਰੀਕ ਮੂਸੇ ਪਿੰਡ ਰਹਿੰਦਾ ਆ। ਫਰੀ ਵਿੱਚ ਭਾਲਦੇ ਹੋ ਫੇਮਸ ਵਾਲੇ ਹੋਏ ਜੱਟ, ਬੇਇੱਜ਼ਤੀ ਕਰਨ ਦੇ ਵੀ ਜੱਟ, ਬੇਇੱਜ਼ਤੀ ਕਰਨ ਦੇ ਵੀ। ਆਹ ਜਿਹੜੀਆਂ ਰੀਸ ਰੀਸ ਐਂਟਰੀਆਂ ਹੋ ਰਹੀਆਂ ਨਾ ਗੱਡੀਆਂ ਇਕੱਠੀਆਂ ਕਰਕੇ, ਵੀਰੇ ਮੈਂ ਕਿਸੇ ਨੂੰ ਫੋਨ ਕਰਕੇ ਗੱਡੀ ਨੂੰ ਨਹੀਂ ਸੱਦਿਆ, ਆਪਣੇ ਭਰਾ ਜਿਨ੍ਹਾਂ ਦਾ ਹੋ ਸੀ ਤਾਂ ਆਏ ਸੀ। ਮੈਂ ਪਿੰਡ ਵਾਲਿਆਂ ਨੂੰ ਪੈਸੇ ਦੇ ਕੇ ਨਹੀਂ ਖੜੇ ਕੀਤੇ ਸੀ ਵੀ ਤੁਸੀਂ ਮੇਰੇ ਲਈ ਵੋਟ ਦੇ ਖੜੋ, ਜਿਹਨਾਂ ਦਾ ਪਿਆਰ ਹੈ ਜੇ ਮੈਨੂੰ ਪਿਆਰ ਕਰਦੇ ਉਹ ਤਾਂ ਖੜੇ ਸੀ। ਆਹ ਐਂਟਰੀਆਂ ਕਰ ਛੱਡੀਆਂ 17 ਵਿੱਚ ਹੋਏ, 2017 ਚ ਕੰਮ ਕਰ ਛੱਡ ਤਿਆ। ਕਹਿੰਦਾ ਐਂਟਰੀਆਂ ਕਰ ਛੱਡੀਆਂ 17 ਵਿੱਚ ਹੋਏ, ਸਾਰੇ ਸਾਲੇ ਗੋਡੀ ਹੱਥ ਲਾ ਕੇ ਗਏ ਨੇ। ਕਹਿੰਦਾ ਆਹ ਜਿਹੜੇ ਨਾਲ ਲੈ ਕੇ ਹੋਏ ਤੂੰ ਹੁਣ ਘੁੰਮਦਾ, ਪਹਿਲਾਂ ਮਿੱਤਰਾਂ ਨਾਲ ਫੋਟੋਆਂ ਖਿਚਾ ਕੇ ਗਏ ਨੇ। ਗੱਡੀਆਂ ਨੂੰ ਦੇਖਣੀ ਗਰੁੱਪ ਬਦਲੇ, ਆਓ ਗੱਡੀਆਂ ਨੂੰ ਦੇਖਣੀ ਗਰੁੱਪ ਬਦਲੇ, ਸਿੱਧੂ ਖੜੇ ਜਿੰਨਾ ਨਾਲ ਉਹਨਾਂ ਨਾਲ ਬਹਿੰਦਾ ਆ। ਭੁੱਲ ਜਾਓ ਸੌਖਾ ਰੱਬ ਲਾਓ ਹੀ ਮਿਲੂਗਾ, ਜੱਟ ਬੇਇੱਜ਼ਤੀ ਕਰਨ ਦੇ ਵੀ। ਲਾਸਟ ਗੱਲ ਵੀਰੇ, ਲਾਸਟ ਗੱਲ ਸਾਰਿਆਂ ਨੂੰ ਬੇਨਤੀ, ਕੋਈ ਗੱਲ ਕਰਨਾ ਸਾਰੇ ਸਾਰੇ ਇੰਡਸਟਰੀ ਨੂੰ ਸਾਰਿਆਂ ਨੂੰ ਇੱਕੋ ਹੀ ਬੇਨਤੀ ਕਰਦਾ, ਉਹ ਦੂਰ ਰਹਿਣਾ ਚਾਹੁੰਦਾ ਆ ਸਟੰਟਬਾਜ਼ੀ ਤੋਂ, ਦੂਰ ਰਹਿਣਾ ਚਾਹੁੰਦਾ ਆ ਸਟੰਟਬਾਜ਼ੀ ਤੋਂ, ਕਰਨੇ ਨਹੀਂ ਚਾਹੁੰਦਾ ਖੜੇ ਮੁੱਦੇ ਭਖਦੇ। ਉਹ ਤੇਰੇ ਜਿਹੇ ਟੈਂਪੂ ਲੱਖ ਜੋੜ ਲਾ ਲੈਣ, ਉਹ ਤੇਰੇ ਛੋਟੇ ਜਿਹੇ ਟੈਂਪੂ ਲੱਖ ਜੋੜ ਲਾ ਲੈਣ, ਉਹ ਕਦੇ ਨਾਟ 11 ਨੂੰ ਨੀ ਖਿੱਚ ਸਕਦੇ।
ਹੱਥ ਜੋੜ ਮੰਗਦਾ ਆ ਭਲਾ ਸਭ ਦਾ, ਪਰਮਾਤਮਾ ਅਗਲੇ ਸਾਰਿਆਂ ਨੂੰ ਤਰੱਕੀ ਦੇਵੇ। ਹੱਥ ਜੋੜ ਮੰਗਦਾ ਆ ਭਲਾ ਸਭ ਦਾ, ਪਰ ਪੱਟ ਲੈਂਦਾ ਜਦੋਂ ਜਿਹੜਾ ਨਾਲ ਖੈਂਦਾ ਆ। ਭੁੱਲ ਜੋ ਹੁਣ ਰਪਲਾਈ ਮਿਲੂਗਾ ਜੱਟ ਬੇਇੱਜ਼ਤੀ ਕਰਨ ਦੇਵੀ। ਆ ਜਿਹੜੇ ਸੁਧਰੇ ਵਿਗੜੇ ਵਾਲੀ ਗੱਲ ਕਰਦੇ ਨੇ, ਇੱਕੋ ਹੀ ਗੱਲ ਕਹਿਣਾ, ਜੇ ਕਲਮ ਬੋਲ ਪਈ ਨਾ ਮੇਰੀ, ਆ ਹੇਠ ਵਾਲੇ ਗਾਣੇ ਤੇ ਜ਼ਬਾਨ ਛੱਡ ਜਾਊਂਗੇ। ਸ਼ਰੀਫ ਹਾਂ ਤਾਂ ਮੈਨੂੰ ਸ਼ਰੀਫ ਹੀ ਰਹਿਣ ਦਿਓ, ਜੇ ਮੈਂ ਸ਼ਰੀਫੀ ਛੱਡਤੀ ਤਾਂ ਤੁਸੀਂ ਜਹਾਨ ਛੱਡ ਜਾਓਗੇ। ਆਪੋ ਆਪਣਾ ਕੰਮ ਕਰੋ, ਪੰਗਿਆਂ ਚੁੰਗਲਾਂ 'ਚ ਕੋਈ ਫਾਇਦਾ ਨਹੀਂ, ਮੁੜ ਕੇ ਕੋਈ ਨਹੀਂ ਕਿਸੇ ਨਾਲ ਖੜਦਾ। ਜ਼ਿੰਦਗੀ ਇੱਕ ਮਿਲੀ ਆ ਸਵਾਦ ਲੈਣ ਨੂੰ, ਹੁਣ ਤੁਹਾਨੂੰ ਮੈਂ ਕਹਿੰਦਾ ਸਵਾਦ ਲਓ। ਲੱਗਦਾ